ਮਸਲਾ ਬੇਸ਼ੱਕ ਪੁਰਾਣਾ ਹੈ ਪਰ ਅਪਡੇਟ ਨਵਾਂ ਹੈ ਗੱਲ ਕੀ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਫਿਰੋਜ਼ਪੁਰ ਦੀ ਫੇਰੀ ਸੀ ਪ੍ਰਾਈਮ ਮਿਨਿਸਟਰ ਸਾਹਿਬ ਨੇ ਬਹੁਤ ਗੁੱਸੇ ਨਾਲ ਤਿੱਖੇ ਸ਼ਬਦ ਬੋਲੇ ਸੀ ਕਿ ਜਾ ਕੇ ਆਪਣੇ ਚੀਫ ਮਿਨਿਸਟਰ ਨੂੰ ਕਹਿ ਦੇਣਾ ਹੈਗਾ ਕਿ ਮੈਂ ਬਠਿੰਡਾ 에어ਪੋਰਟ ਤੋਂ ਜਿੰਦਾ ਲੋਟ ਆਇਆ ਹਾਂ ਮੋਦੀ ਸਾਹਿਬ ਨੂੰ ਪੂਰਾ ਹਿੰਦੁਸਤਾਨ ਰੱਬ ਵਾਂਗੂ ਪੂਜਦਾ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਲੈ ਕੇ ਦੰਗੇ ਭੜਕ ਸਕਦੇ ਸੀ ਲੋਕ ਭੜਕ ਸਕਦੇ ਸੀ ਜਿਨੂੰ ਰੱਬ ਵਾਂਗੂ ਲੋਕੀ ਪੂਜਦੇ ਹਨ ਉੱਥੇ ਪਤਾ ਨਹੀਂ ਦੂਜੇ ਸਟੇਟਾਂ ਦੇ ਵਿੱਚ ਸਿੱਖ ਭਾਈਚਾਰੇ ਦਾ ਕੀ ਵਾਪਰ ਜਾਂਦਾ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਪ੍ਰਾਈਮ ਮਿਨਿਸਟਰ ਆਉਂਦਾ ਕਿਸੇ ਵੀ ਸਟੇਟ ਦੇ ਵਿੱਚ ਮੌਕੇ ਦਾ ਡੀਜੀਪੀ ਔਰ ਚੀਫ ਸਕੱਰੇਟਰੀ ਨਾਲ ਹੁੰਦੇ ਨੇ ਇੱਥੇ ਨਾਲ ਨਹੀਂ ਸੀ ਇੱਕ ਸਿਵਲ ਦਾ ਵੱਡਾ ਅਧਿਕਾਰੀ ਜੋ ਤੁਹਾਡੇ ਨਾਲ ਬੀਤਦੀ ਉਹ ਪ੍ਰਾਈਮ ਮਿਨਿਸਟਰ ਨਾਲ ਹਰ ਇੱਕ ਨੂੰ ਆਪਣੀ ਜ਼ਿੰਦਗੀ ਪਿਆਰੀ ਹੁੰਦੀ ਹੈ ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਮਸਲਾ ਬੇਸ਼ੱਕ ਪੁਰਾਣਾ ਹੈ ਪਰ ਅਪਡੇਟ ਨਵਾਂ ਹੈ ਗੱਲ ਕੀ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਫਿਰੋਜ਼ਪੁਰ ਦੀ ਫੇਰੀ ਸੀ ਪਿਛਲੇ ਸਾਲ ਜਦੋਂ ਫੇਰੀ ਸੀ ਤੇ ਉਸ ਵਕਤ ਕਈ ਵੱਡੇ ਸਵਾਲ ਉੱਠੇ ਉਸ ਦੇ ਉੱਤੇ ਗੱਲ ਕਰਾਂਗੇ ਸਿਕਿਉਰਿਟੀ ਬ੍ਰੀਚ ਨੂੰ ਲੈ ਕੇ ਜਦੋਂ ਪ੍ਰਧਾਨ ਮੰਤਰੀ ਜਾਂਦੇ ਜਾਂਦੇ ਕੀ ਕਹਿ ਗਏ ਸੀ ਅਫਸਰਾਂ ਨੂੰ 에ਰਪੋਰਟ ਦੇ ਉੱਤੇ ਤਾਂ ਉਹ ਸਾਰੀ ਗੱਲ ਦਾ ਫੇਰ ਮਸਲਾ ਉੱਠਿਆ ਹੋਮ ਸੈਕਟਰੀ ਨੇ ਜਵਾਬ ਮੰਗਿਆ ਪੰਜਾਬ ਪੁਲਿਸ ਦੇ ਮੁਖ ਸਕੱਤਰ ਤੋਂ ਕਿ ਹੁਣ ਤੱਕ ਕਾਰਵਾਈ ਕਿਉਂ ਨਹੀਂ ਇਸ ਤੇ ਗੱਲ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਨੇ ਆ ਭੁੱਲਰ ਸਾਹਿਬ ਮਸਲਾ ਭਾਵੇਂ ਬੇਸ਼ੱਕ ਦੀ ਪੁਰਾਣਾ ਹੋ ਗਿਆ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਹਾਲੇ ਤੱਕ ਜਵਾਬ ਮੰਗੇ ਜਾ ਰਹੇ ਨੇ ਪੰਜਾਬ ਸਰਕਾਰ ਤੋਂ ਪੰਜਾਬ ਦੇ ਮੁੱਖ ਸਕੱਤਰ ਤੋਂ ਕਿ ਕਾਰਵਾਈ ਕੀ ਕੀਤੀ ਹੈ ਤੁਸੀਂ ਉਹਨਾਂ ਨੌ ਅਫਸਰਾਂ ਖਿਲਾਫ ਸੰਦੀਪ ਸਾਹਿਬ ਤੋਂ ਵੱਡੀ ਗੱਲ ਇਹ ਕਿ ਬਹੁਤ ਵੱਡਾ ਸਕਿਉਰਿਟੀ ਲੈਪਸਿਸ ਸਕਿਉਰਿਟੀ ਬਰੀਚ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਦਾ ਆਉਣਾ ਉਹਦੀ ਫੇਰੀ ਆ ਠੀਕ ਹੈ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਪ੍ਰੋਟੈਸਟ ਹੋ ਰਿਹਾ ਹੈ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਵੀ ਸਾਨੂੰ ਉਹਨਾਂ ਦੀ ਸਕਿਉਰਿਟੀ ਨੂੰ ਲੈ ਕੇ ਜਿਹੜੇ ਪੁਖਤਾ ਪ੍ਰਬੰਧ ਪੰਜਾਬ ਪੁਲਿਸ ਨੂੰ ਕਰਨੇ ਚਾਹੀਦੇ ਸੀ ਜਾਂ ਪੰਜਾਬ ਸਰਕਾਰ ਨੂੰ ਕਰਨੇ ਚਾਹੀਦੇ ਸੀ ਉਹ ਨਹੀਂ ਕੀਤੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਨੇ ਪਟੀਸ਼ਨ ਪਾਈ ਸੁਪਰੀਮ ਕੋਰਟ ਚ ਕੇਸ ਚੱਲ ਗਿਆ ਸੁਪਰੀਮ ਕੋਰਟ ਦੇ ਪੰਜ ਜੱਜ ਜਦੋਂ ਪੰਜ ਜੱਜ ਬੈਠ ਜਾਂਦੇ ਨੇ ਉਹਨੂੰ ਸੰਵਿਧਾਨਿਕ ਬੈਂਚ ਕਹਿੰਦਾ ਕਿਹਾ ਜਾਂਦਾ ਸੰਵਿਧਾਨਿਕ ਬੈਂਚ ਨੇ ਫਿਰ ਜਸਟਿਸ ਜਿਹੜੇ ਹਿੰਦੂ ਮਲੂਤਰਾ ਜੀ ਉਹਨਾਂ ਦੀ ਅਗਵਾਈ ਚ ਇੱਕ ਜਾਂਚ ਕਮੇਟੀ ਬਣਾਈ ਗਈ ਆ ਉਦੋਂ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਜਸਟਿਸ ਅਰਮਨਾ ਅਸੀਂ ਠੀਕ ਹੈ இந்து ਮਲੋਤਰਾ ਜੀ ਇਹਦੇ ਮੈਂਬਰ ਬਣ ਕੇ ਜਾਂਚ ਕਮੇਟੀ ਦੇ ਚੇਅਰਮੈਨ ਬਣ ਕੇ ਜਿਹਦੇ ਚ ਗਵਰਨਮੈਂਟ ਆਫ ਇੰਡੀਆ ਦੇ ਹੋਮ ਸੈਕਰੀਟਰੀ ਜੰਡੀਗੜ ਯੂਟੀਪੁਰਸ ਦੇ ਡੀਜੀਪੀ ਡੀਜੀਪੀ ਐਸਪੀਜੀ ਇੰਟੈਲੀਜੈਂਸ ਤੇ ਪੰਜਾਬ ਦੇ ਏਡੀਜੀਪੀ ਸਕਿਉਰਟੀ ਇਹ ਪੰਜ ਜਾਣਿਆਂ ਦੀ ਸੀ ਜਾਂਚ ਦੇਖੋ ਸਭ ਤੋਂ ਵੱਡੀ ਨੇ ਜਾਂਚ ਭਾਰਤ ਸਰਕਾਰ ਨੂੰ ਦੇ ਦਿੱਤੀ ਸੁਪਰੀਮ ਕੋਰਟ ਨੂੰ ਦੇ ਦਿੱਤੀ ਗਿਆ 6 ਮਹੀਨੇ ਹੋ ਗਏ ਨੇ ਪਾਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਜਿਹੜੇ 8 ਅਫਸਰ ਨੇ ਜਿਹਦੇ ਚੋ ਡੀਜੀਪੀ ਤੇ ਰਿਟਾਇਰ ਹੋ ਗਏ ਨੇ ਸਦਾਰਥ ਚੱਟੋਪਾਦਿਆ ਉਸ ਤੋਂ ਇਲਾਵਾ ਆਈਐਸ ਅਫੀਸਰ ਜਿਹੜੇ ਮੁਖਸਕਤਰ ਹੈ ਚੁੱਕੇ ਨੇ ਅਨੁਰਧ ਤਿਵਾੜੀ ਹਰਮਨਦੀਪ ਹੰਸ ਚਰਨਜੀਤ ਇਹ ਐਸਐਸਪੀ ਰੈਂਕ ਦੇ ਹੈਗੇ ਨੇ ਲੈਵਲ ਔਰ ਨਗੇਸ਼ਵਰ ਰਾਓ ਰਕੇਸ਼ ਅਗਰਵਾਲ ਇਹ ਸਾਰੇ ਅਫੀਸਰ ਕੁੱਲ 8 ਨੇ ਅਠਾ ਦੇ ਖਿਲਾਫ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਦੇਖੋ 6 ਮਹੀਨੇ ਹੋ ਗਏ ਨੇ ਭਾਰ ਸਰਕਾਰ ਨੇ ਕਿਹਾ ਹਾਲਾਂਕਿ ਉਹ ਡਾਇਰੈਕਟ ਵੀ ਸਰਕਾਰ ਕਰ ਸਕਦੀ ਕਿਉਂਕਿ ਆਈਐਸ ਆਈਪੀਐਸ ਦੀ ਜਿਹੜੀ ਕੰਟਰੋਲਿੰਗ ਅਥਾਰਟੀ ਹੈ ਉਹ ਭਾਰ ਸਰਕਾਰ ਲੇਕਿਨ ਪੰਜਾਬ ਸਰਕਾਰ ਨੇ ਹਲੇ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ 6 ਮਹੀਨੇ ਹੋ ਗਏ ਨੇ ਹੁਣ ਜੋ ਜਾਣਕਾਰੀ ਦੱਸਦੇ ਨੇ ਕਿ ਜਿਹੜੇ ਹੁਣ ਦੇਸ਼ ਦੇ ਗ੍ਰੈਬ ਸਕੱਤਰ ਨੇ ਜਿੰਨੇ ਦਿਨਾਂ ਪੱਲਾ ਕਰਕੇ ਮਿਸਟਰ ਪੱਲਾ ਨੇ ਉਹਨਾਂ ਨੇ ਫਿਰ ਜਿਹੜੇ ਪੰਜਾਬ ਸਰਕਾਰ ਦੇ ਮੁਖ ਸਖਤਰ ਨੇ ਵਿਜੇ ਕੁਮਾਰ ਜੰਜੂ ਉਹਨਾਂ ਨੂੰ ਫੋਨ ਵੀ ਕੀਤਾ ਚਿੱਠੀ ਵੀ ਲਿਖੀ ਕਿ 6 ਮਹੀਨੇ ਹੋ ਗਏ ਤੁਸੀਂ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਇਹ ਸਭ ਤੋਂ ਵੱਡੀ ਗੱਲ ਜੇ ਤੇ ਕੋਈ ਹੁੰਦਾ ਸਿਪਾਈ ਹੌਲਦਾਰ ਐਸਆਈ ਡੀਐਸਪੀ ਉਸੇ ਵਾਲੇ ਡਿਸਮਿਸ ਕਰ ਦੇਣਾ ਸੀ ਮਤਲਬ ਜੇ ਆਈਐਸ ਆਈਪੀਐਸ ਅਫਸਰਾਂ ਨਿਲਾਇਕੀ ਕਰਨ ਗਲਤੀ ਕਰਨ ਲਾਪਰਵਾਹੀ ਕਰਨ ਤੇ ਕੋਈ ਕਾਰਵਾਈ ਨਹੀਂ ਹੋਊਗੀ ਇਹ ਕੀ ਹੈ ਦੇਸ਼ ਦੇ ਕਾਨੂੰਨ ਦੋ ਨਹੀਂ ਹੋ ਸਕਦੇ ਕਿ ਜੇ ਛੋਟਾ ਮੁਲਾਜ਼ਮਾ ਤੁਹਾਨੂੰ ਫਾਇਲ ਆ ਦੋ ਟੰਗ ਦੋ ਤੇ ਜੇ ਵੱਡੇ ਅਫਸਰ ਨੇ ਰਾਜੇ ਮਹਾਰਾਜੇ ਨੇ ਤੇ ਉਹਨਾਂ ਨੂੰ ਕੁਛ ਨਾ ਕਰੋ ਇਹ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਸਕਿਉਰਿਟੀ ਦਾ ਸਵਾਲ ਹੈ ਤੇ ਜੋ ਰੂਲ ਕਹਿੰਦਾ ਉਸ ਹਿਸਾਬ ਦੇ ਨਾਲ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਜ਼ਰੂਰੀ ਆ ਪਰ ਦੂਜੀ ਗੱਲ ਇਹ ਆ ਜਿੱਥੇ ਜਾਂਚ ਕਮੇਟੀ ਬਣੀ ਜਾਂ ਦੌਰਾ ਵੀ ਕੀਤਾ ਗਿਆ ਸਪੈਸ਼ਲ ਤੌਰ ਦੇ ਉੱਤੇ ਜਿੱਥੇ ਫਿਰੋਜ਼ਪੁਰ ਵਾਲਾ ਉਹ ਇਲਾਕਾ ਉਹ ਏਰੀਆ ਜਿੱਥੇ ਏ ਮੰਨਿਆ ਗਿਆ ਕਿ ਸਕਿਉਰਿਟੀ ਬ੍ਰੀਚ ਹੋਈ ਹੈ ਸਕਿਉਰਿਟੀ ਦਾ ਕੋਈ ਨਾ ਕੋਈ ਵਿੱਚੋ ਕਤਾਈ ਵਰਤੀ ਗਈ ਪਰ ਤਤਕਲੀਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਹੱਕ ਵਿੱਚ ਬੋਲਦਿਆਂ ਉਦੋਂ ਕਿਹਾ ਸੀ ਕਿ ਕਿਸਾਨਾਂ ਦੇ ਖਿਲਾਫ ਅਸੀਂ ਥੋੜੀ ਜਾਵਾਂਗੇ ਸਕਿਉਰਿਟੀ ਵਾਲਾ ਮੁੱਦਾ ਬਣਾ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਹੋਈ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਦੂਜਾ ਪਾਸਾ ਇਹ ਵੀ ਆਈ ਜਾਂਦਾ ਉਦੋਂ ਤੋਂ ਲੈ ਕੇ ਹੁਣ ਤੱਕ ਨਹੀਂ ਦੇਖੋ ਅਗਰ ਉਸ ਸਮੇਂ ਕਿਉਂਕਿ ਇਲੈਕਸ਼ਨ ਹੋ ਰਹੀ ਸੀ ਇਹ ਤੇ ਨਹੀਂ ਆਪਾਂ ਕਹਿ ਸਕਦੇ ਕਿ ਕਿਸਾਨਾਂ ਨੂੰ ਤੁਸੀਂ ਇਹ ਕਰ ਦੋ ਉਹ ਕਰ ਦੋ ਦੇਸ਼ ਦੇ ਪ੍ਰਾਈਮ ਮਿਨਿਸਟਰੀ ਵੇ ਰਾਤ ਨਹੀਂ ਨਾ ਰੋਕਣ ਦਾ ਕਿਸੇ ਦਾ ਹੱਕ ਹੈਗਾ ਨਾ ਜੀ ਉਹਨਾਂ ਨੇ ਜਾਣੇ ਜਾਣ ਤੋਂ ਤੁਹਾਡਾ ਪ੍ਰੋਟੈਸਟ ਹੈ ਤੁਸੀਂ ਪ੍ਰੋਟੈਸਟ ਕਰੀ ਚੱਲੋ ਸਾਈਡ ਤੇ ਬਹਿ ਕੇ ਪਰ ਤੁਸੀਂ ਰਾਹ ਹੀ ਰੋਕ ਲੈਣਾ ਅਗਰ ਇਹੋ ਰਾਹ ਚਰਜੀ ਸਿੰਘ ਚੰਨੀ ਦਾ ਰੋਕ ਲੈਂਦੇ ਜਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਰਾਹ ਰੋਕ ਲੇ ਪੈਂਦੇ ਨਹੀਂ ਡੰਡੇ ਹੁਣ ਤੇ ਕੱਲ ਵੀ ਲਾਠੀ ਚਾਰਜ ਕਿੰਨਾ ਹੋਇਆ ਸੰਗਰੂਰ ਦੇ ਵਿੱਚ ਮਤਲਬ ਦੇਸ਼ ਦਾ ਪ੍ਰਾਈਮ ਮਿਨਿਸਟਰ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਹੱਕ ਤੇ ਹਰ ਇੱਕ ਦਾ ਉਹ ਬੀਜੇਪੀ ਦੀ ਰੈਲੀ ਨੂੰ ਸਬੋਧਨ ਕਰਨ ਆ ਰਹੇ ਸੀ ਉਹ ਹੱਕ ਆ ਤੇ ਤੁਸੀਂ ਉਹਨਾਂ ਨੂੰ ਵਾਂਝੇ ਕਰ ਇਹ ਗਲਤ ਗੱਲ ਸੀ ਪਰ ਹੁਣ ਸਵਾਲ ਇਹ ਆ ਉਹ ਕਾਂਗਰਸ ਦੇ ਨਾਲ ਜੋ ਹੋਣਾ ਸੀ ਹੋ ਗਿਆ ਹੁਣ ਜ਼ਿੰਮੇਵਾਰੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਭਗਵੰਤ ਮਾਨ ਸਾਹਿਬ ਦੀ ਜ਼ਿੰਮੇਵਾਰੀ ਹੈ ਕਿ ਜੇ ਸੁਪਰੀਮ ਕੋਰਟ ਦੇ 5 ਸੰਵਿਧਾਨਿਕ ਬੈਂਚ ਨੇ ਜਿਹਦੇ ਚ ਪੰਜ ਜੱਜਾਂ ਦਾ ਫੈਸਲਾ ਹੈ ਉਹਨਾਂ ਨੇ ਕਮਿਸ਼ਨ ਬਿਠਾਇਆ ਉਹ ਕਮਿਸ਼ਨ ਨੇ ਭਾਰਤ ਸਰਕਾਰ ਨੂੰ ਵੀ ਰਿਪੋਰਟ ਦੇਤੀ ਸੁਪਰੀਮ ਕੋਰਟ ਨੇ ਵੀ ਦੇਤੀ ਤੁਹਾਡੀ ਜ਼ਿੰਮੇਵਾਰੀ ਕਿ ਤੁਸੀਂ ਕਾਰਵਾਈ ਕੀ ਕਰਦੇ ਹੋ ਹੁਣ ਕਾਰਵਾਈ ਕੀ ਕਰਨਗੇ ਚਾਰ ਸ਼ੀਟ ਹੋਏਗੀ ਇੱਕ ਨੰਬਰ 1 ਚਾਰ ਸ਼ੀਟ ਚ ਜਵਾਬ ਮੰਗੇ ਦੀ ਲੋੜ ਨਹੀਂ ਪੈਣੀ ਕਿਉਂਕਿ ਇੱਕ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦਾ ਮਸਲਾ ਹੈਗਾ ਚਾਰ ਸ਼ੀਟ ਹੋਏਗੀ ਡਿਮੋਸ਼ਨ ਹੋ ਸਕਦੀ ਹੈ ਕਿਸੇ ਦੀ ਜਾਂ ਡਿਸਮਿਸਲ ਹੋ ਸਕਦੀ ਆ ਤਿੰਨ ਚੀਜ਼ਾਂ ਹੋ ਸਕਦੀਆਂ ਜਾਂ ਇਨਕਰੀਮੈਂਟ ਰੋਕਿਆ ਜਾ ਸਕਦਾ ਚਾਰ ਚੀਜ਼ਾਂ ਹੁੰਦੀਆਂ ਜਿਹੜਾ ਸਸਪੈਂਸ਼ਨ ਆ ਗਈ ਹੈ ਕੋਈ ਸਜ਼ਾ ਨਹੀਂ ਆ ਗਈ ਪ੍ਰਾਈਮ ਮਿਨਿਸਟਰ ਦਾ ਮਸਲਾ ਔਰ ਸਸਪੈਂਸ਼ਨ ਤੇ ਕਿਤੇ ਨਹੀਂ ਸਸਪੈਂਸ਼ਨ ਸਜ਼ਾ ਨਹੀਂ ਹੁੰਦੀ ਕਿਉਂਕਿ ਤੁਸੀਂ ਤੁਹਾਨੂੰ ਸਸਪੈਂਡ ਕਰ ਦਿੱਤਾ ਹੈਗਾ ਤੁਸੀਂ ਘਰ ਬੈਠੇ ਰਹੋ ਤੁਹਾਨੂੰ ਤਨਖਾਹ ਮਿਲਦੀ ਰਹਿਣੀ ਅੱਦੀ ਹੈ ਨਾ ਉਹ ਸਜ਼ਾ ਨਹੀਂ ਹੁੰਦੀ ਤੁਹਾਡੀ ਇਨਕਰੀਮੈਂਟ ਰੁਕ ਗਈ ਤਹਾਡੀ ਡਿਮੋਸ਼ਨ ਹੋ ਗਈ ਜੇ ਮੰਨ ਲਓ ਡੀਜੀਪੀ ਹੋਏ ਡੀਜੀਪੀ ਬਣ ਜੂਗਾ ਆਈਜੀ ਹੋਏ ਐਸਪੀ ਬਣ ਜੂਗਾ ਐਸਪੀ ਹੋਏ ਡੀਐਸਪੀ ਬਣ ਜੂਗਾ ਉਹ ਸਜਾ ਜਾਂ ਫਿਰ 311 ਲਾ ਕੇ ਜਿਹੜੀ ਉਹ ਡਿਸਮਸਲ ਹੈ ਤੁਹਾਨੂੰ ਟਰਮੀਨੇਟ ਕੀਤਾ ਜਾ ਸਕਦਾ ਉਹ ਹੁਣ ਜੇ ਦੇ ਸਰਕਾਰ ਪੰਜਾਬ ਸਰਕਾਰ ਨੇ ਨਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਕੀਤਾ ਔਰ ਮੈਨੂੰ ਇਹ ਲੱਗਦਾ ਹੈਗਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਨਹੀਂ ਕਰੀ ਭਗਵੰਤ ਮਾਨ ਸਾਹਿਬ ਜਾਣਬੁੱਝ ਕੇ ਨਹੀਂ ਕਰ ਰਹੇ ਉਹਨਾਂ ਨੂੰ ਵੀ ਪਤਾ ਅਫਸਰਾਂ ਨੇ ਦੱਸ ਤੋਣਾ ਕਿ ਆਪਾਂ ਜੇ ਕਰਾਂਗੇ ਤੇ ਪੰਜਾਬ ਦੀ ਜਿਹੜੀ ਅਫਸਰਸ਼ਾਹੀ ਹੈ ਜਿਵੇਂ ਨੀਲਮਾ ਦੇ ਚੱਕਰ ਚੱਕਰ ਚ ਹਾਲਾ ਕਿ ਉਹ ਈਮਾਨਾਦਿਕ ਕੇਸ ਸੀ ਉਦਯੋਗਿਕ ਘਟਾਲਾ ਸੀ ਜੇ ਬਾਕੀ ਬੇਈਮਾਨ ਆ ਜਿਨ੍ਹਾਂ ਘਟਾਲਾ ਕੀਤਾ ਤੇ ਨੀਲਮਾ ਵੀ ਉਨੀ ਦੋਸ਼ੀ ਜੇ ਤੁਸੀਂ ਇੱਕ ਕਰਪਟ ਅਫਸਰ ਨੂੰ ਬਚਾਉਣ ਵਾਸਤੇ ਸਾਰਾ ਲਾਣਾ ਇਕੱਠਾ ਹੋ ਗਿਆ ਇੱਥੇ ਤੇ 8 ਅਫਸਰਾਂ ਦਾ ਸਵਾਲ ਤੇ ਜੇ 8 ਅਫਸਰਾਂ ਦੇ ਖਿਲਾਫ ਭਗਵੰਤ ਮਾਨ ਦਾ ਬਹਾਰਿਆ ਪੈਨ ਇਸ ਕੰਮ ਆ ਗਿਆ ਤੇ ਜਿਹੜੇ ਪੰਜਾਬ ਦੇ ਵਿੱਚ ਆਈਪੀਐਸ ਅਫਸਰ ਦੇ ਆਈਪੀਐਸ ਅਫਸਰ ਨੇ 400 ਦੇ ਕਰੀਬ ਉਹ ਤੁਹਾਡੇ ਖਿਲਾਫ ਹੋ ਜਾਣਗੇ ਕਿਸੇ ਨੇ ਭਗਵੰਤ ਮਾਨ ਸਾਹਿਬ ਨੂੰ ਚੰਗੇ ਅਫਸਰ ਨੇ ਸਲਾਹ ਦਿੱਤੀ ਉਹਨੂੰ ਕਿ ਜਦ ਕੰਟਰੋਲਿੰਗ ਅਥਾਰਟੀ ਭਾਰਤ ਸਰਕਾਰ ਉਹ ਖੁਦ ਵੀ 100 ਮਟੂ ਲੈ ਸਕਦੇ ਨੇ ਉੱਥੇ ਬੈਠਾ ਹੀ ਉਹ 311 ਲਾ ਕੇ ਇਹਨਾਂ ਨੂੰ ਡਿਸਮਿਸ ਕਰ ਸਕਦੇ ਹੈਗੇ ਨੇ ਤੇ ਆਪਾਂ ਜਰੂਰ ਪੰਗਾ ਲੈਣਾ ਹੈਗਾ ਤੇ ਮੈਨੂੰ ਲੱਗਦਾ ਇਸੇ ਕਰਕੇ ਭਗਵੰਤ ਮਾਨ ਸਾਹਿਬ ਉਹ ਉਹ ਫਾਈਲ ਤੇ ਨੇ ਉਹ ਬੈਠੇ ਨੇ ਦੱਬ ਕੇ ਬੈਠੇ ਨੇ ਕਿ ਮੈਂ ਕਿਉਂ ਬੁਰਾ ਬਣਾ ਸੈਂਟਰ ਸਰਕਾਰ ਦੇਖੇ ਮੇਰੀ ਸਰਕਾਰ ਵੇਲੇ ਤੇ ਕੁਝ ਹੋਇਆ ਨਹੀਂ ਸੀ ਕਾਂਗਰਸ ਸਰਕਾਰ ਵੇਲੇ ਹੋਇਆ ਕਾਂਗਰਸ ਜਾਣੇ ਭਾਜਪਾ ਜਾਣੇ ਭਾਰਤ ਸਰਕਾਰ ਜਾਣੇ ਤੇ ਅਫਸਰ ਜਾਣੇ ਤੇ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਬਹੁਤ ਸਮਾਰਟਲੀ ਕੰਮ ਕਰ ਰਹੇ ਨੇ ਕਿ ਮੈਂ ਕਿਉਂ ਬੁਰਾ ਬਣਾ ਕਰੇ ਕੋਈ ਭਰੇ ਮੈਂ ਕਿਉਂ ਪਰਾਂ ਕਰਿਆ ਕਾਂਗਰਸ ਸਰਕਾਰ ਵੱਲੇ ਤੇ ਮੇਰੀ ਕਿ ਉੱਪਰ ਭਾਈ ਹੋਵੇ ਤੇ ਮੈਨੂੰ ਲੱਗਦਾ ਕਿਸੇ ਨੇ ਸਿਆਣਪ ਦਿੱਤੀ ਹੈਗੇ ਵੀ ਇਹ ਕੰਮ ਨਾ ਕਰਿਓ ਆਪੇ ਭਾਰਤ ਸਰਕਾਰ ਦੇਖ ਲੂਗੀ ਉਹ ਚਾਰ ਸ਼ੀਟ ਕਰ ਸਕਦੇ ਨੇ ਇਨਕਰੀਮੈਂਟ ਰੋਕ ਸਕਦੇ ਨੇ ਪ੍ਰਮੋਸ਼ਨ ਨਹੀਂ ਕਰ ਸਕਦੇ ਡਿਮੋਸ਼ਨ ਹੋ ਸਕਦੀ ਆ ਔਰ ਇਥੋਂ ਤੱਕ ਤੇ ਵੀ ਪਤਾ ਕਿ ਜਿਹੜੇ ਅਨੁਰਧਤਵਾੜੀ ਸਾਹਿਬ ਜਿਹੜੇ ਇਸ ਟਾਈਮ ਸਪੈਸ਼ਲ ਮੁਖ ਸਖਤਰ ਮਕਸੀਪਾ ਦੇ ਡਾਇਰੈਕਟਰ ਜਰਨਲ ਨੇ ਉਹ ਸੈਂਟਰ 'ਚ ਜਾਣਾ ਚਾਹੁੰਦੇ ਇਹ ਸੈਂਟਰ ਨੇ ਉਹਨਾਂ ਨੂੰ ਅਪਰੂਵਲ ਨਹੀਂ ਦਿੱਤੀ ਬਹੁਤ ਸਾਰੀਆਂ ਸਜ਼ਾਵਾਂ ਨੇ ਮਿਲਣ ਗਿਆ ਪਰ ਮਿਲਨੀਆਂ ਵੀ ਜ਼ਰੂਰੀ ਆ ਕਿਉਂਕਿ ਜੇ ਤੁਸੀਂ ਛੋਟਾ ਮੋਟਾ ਅਪਸਰੋ ਵੇਨਾ ਜੀ ਉਹਨੂੰ ਤੇ ਫਾਇਟ ਲਾ ਦੇਂਦੇ ਟੰਗ ਦੇ ਨਾਲ ਦੀ ਨਾਲ ਉਹਨੂੰ ਵੱਡੇ ਅਫਸਰ ਨੇ ਤੇ ਵੱਡੇ ਅਫਸਰਾਂ ਨੂੰ ਫਿਰ ਵੱਡੀ ਸਰਕਾਰ ਹੀ ਭਗਵੰਤ ਮਾਨ ਕਹਿੰਦਾ ਹੋਊਗਾ ਨਾ ਵੀ ਵੱਡੀ ਸਰਕਾਰ ਨਜਿੱਠੇ ਆਪਾਂ ਕਿਉਂ ਲੈਣਾ ਦੇਣਾ ਹੈ। ਅਰੇ ਇੱਕ ਸਵਾਲ ਇਹ ਵੀ ਬਣ ਰਿਹਾ ਵਿੱਚੋਂ ਕਿ ਜੇ ਉਦੋਂ ਤੱਕ ਫਾਈਲ ਦੇ ਉੱਤੇ ਕਾਰਵਾਈ ਨਹੀਂ ਕਰਨਗੇ ਜਿਹੜੀ ਰਿਪੋਰਟ ਇੰਨਾ ਧੱਕਾ ਚੱਕੀ ਉਹਦੇ ਆਧਾਰ ਦੇ ਉੱਤੇ ਐਕਸ਼ਨ ਤਾਂ ਫਿਰ ਕੇਂਦਰ ਸਰਕਾਰ ਕਿੰਨੀ ਛੇਤੀ ਫੈਸਲਾ ਲੈ ਸਕਦੀ ਹੈ ਕਿ ਉਹਨਾਂ ਦੇ ਉੱਤੇ ਉਹਨਾਂ ਅਫਸਰਾਂ ਤੇ ਜਿਨ੍ਹਾਂ ਦੇ ਨਾਮ ਆ ਗਏ ਨੇ ਉਸ ਦੇ ਵਿੱਚ ਕਿ ਉਹਨਾਂ ਤੇ ਤਲਵਾਰ ਲਟਕਦੀ ਰਹੇਗੀ ਉਦੋਂ ਤੱਕ ਜਾਂ ਫਿਰ ਸਮਾਂ ਪੈਣ ਦੇ ਨਾਲੇ ਗੱਲ ਠੰਡੇ ਬਸਤੇ ਚ ਪਾਈ ਜਾ ਸਕਦੀ ਹੈ। ਸੰਦੀਪ ਬਿਲਕੁਲ ਨਹੀਂ ਹੋ ਸਕਦਾ ਸਮਾਂ ਦੇ ਠੰਡੇ ਬਸ ਅਫਸਰਕਾਰ ਨੇ ਪਾਉਣੀ ਸੀ ਪਾਤੀ ਇਸੇ ਕਰਕੇ ਜਿਹੜੇ ਰਜੀਵ ਭੱਲਾ ਜੀ ਨੇ ਸੈਂਟਰ ਦੇ ਜਿਹੜੇ ਉਹ ਗ੍ਰੈਸ ਖੱਤਰ ਨੇ ਭਾਰ ਸਰਕਾਰ ਦੇ ਉਹਨਾਂ ਨੇ ਚਿੱਠੀ ਵੀ ਕੱਢ ਦਿੱਤੀ ਹੈਗੀ ਆ ਨਾਲ ਦੀ ਨਾਲ ਟੈਲੀਫੋਨ ਤੇ ਵੀ ਗੱਲ ਵੀ ਤੁਸੀਂ ਹਲੇ ਤੱਕ ਕੀਤਾ ਕੀ ਸਾਨੂੰ ਇਹ ਐਕਸ਼ਨ ਟੇਕਿੰਗ ਰਿਪੋਰਟ ਦੋ ਤੁਸੀਂ ਚਾਰ ਸ਼ੀਟ ਕੀਤੇ ਕਿ ਨਹੀਂ ਕੀਤੇ ਉਹਨਾਂ ਹਲੇ ਤੱਕ ਸਰਕਾਰ ਨੇ ਪੰਜਾਬ ਸਰਕਾਰ ਨੇ ਨਹੀਂ ਕੀਤੇ ਹੈਗੇ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਨਹੀਂ ਕਰੀ ਕਿ ਆਪਾਂ ਆਪਣੇ ਗਲ ਮੁਸੀਬਤ ਕਿਉਂ ਪਾਉਣੀ ਹੈਗੀ ਆ ਆਪੇ ਸੈਂਟਰ ਜਾਣੇ ਤੇ ਅਫਸਰ ਜਾਣਨ ਕਿਉਂਕਿ ਭਗਵੰਤ ਮਾਨ ਕਹਿੰਦਾ ਹੋਊਗਾ ਕਿ ਮੇਰਾ ਕੀ ਕਸੂਰ ਆ ਉਸ ਸਵਾਲ ਹੈ ਕਿ ਜੇ ਇੱਕ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਫਿਰ ਇੱਕ ਜਸਟਿਸ ਹਿੰਦੂ ਮਲਉਤਰਾ ਉਹਦੇ ਚ ਪੰਜ ਵੱਡੇ ਅਫਸਰ ਉਹਨਾਂ ਦੀ ਰეკਮੈਂਡੇਸ਼ਨ ਆ ਕਿ ਇਹ ਬੰਦੇ ਗਿਲਟੀ ਨੇ ਦੋਸ਼ੀ ਨੇ ਦੋਸ਼ੀ ਠਰਾਏ ਗਏ ਨੇ ਇਸ ਦੇ ਬਾਵਜੂਦ ਅਗਰ ਪੰਜਾਬ ਸਰਕਾਰ ਕਾਰਵਾਈ ਨਹੀਂ ਕਰਦੀ ਤੇ ਲਾਜ਼ਮੀ ਤੌਰ ਤੇ ਭਾਰ ਸਰਕਾਰ ਨੋਟਿਸ ਲੈ ਲੂਗੀ ਇਸੇ ਕਰਕੇ ਭਾਰ ਸਰਕਾਰ ਨੇ ਜਿਹੜੀਆਂ ਜਿਹੜੀਆਂ ਫਾਰਮੈਲਟੀਆਂ ਕਰਨੀਆਂ ਸੀ ਉਹ ਕਰ ਲਈਆਂ ਰਿਪੋਰਟ ਦੇ ਦਿੱਤੀ ਇਹਨਾਂ ਨੂੰ ਸਤੰਬਰ ਦੇ ਮਹੀਨੇ ਚਾਈ ਤੱਕ ਨਹੀਂ ਕਾਰਵਾਈ ਕੀਤੀ ਉਹਨਾਂ ਰਿਮਾਈਂਡਰ ਕੱਢ ਦਿੱਤਾ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਟੈਲੀਫੋਨ ਕਰਤਾ ਕਾਰਵਾਈ ਨਹੀਂ ਕੀਤੀ ਤੇ ਮੈਨੂੰ ਲੱਗਦਾ ਕਿ ਇਹ ਮਸਲਾ ਜਿਹੜੇ ਮੁਖਸਿਕਤਰ ਵਿਜੇ ਕੁਮਾਰ ਜੰਝੂ ਹੈ ਕਿਉਂਕਿ ਪਰਸੋਨਲ ਦੇ ਨਾਲ ਜੁੜਿਆ ਹੋਮ ਦੇ ਨਾਲ ਜੁੜਿਆ ਉਹਨਾਂ ਨੇ ਪਰਸੋਨਲ ਸਿਕੱਤਰ ਨੂੰ ਵੀ ਭੇਜ ਦਿੱਤਾਗਾ ਹੋਮ ਸੈਕਟਰੀ ਪੰਜਾਬ ਨੂੰ ਭੇਜ ਦਿੱਤਾ ਹੋਗਾ ਉਹਨਾਂ ਸਾਰੀ ਰਿਪੋਰਟ ਪੜ੍ਹ ਕੇ ਨੱਟਸ਼ਲ ਕੱਢ ਕੇ ਸੀਐਮ ਸਾਹਿਬ ਦੇ ਟੇਬਲ ਤੇ ਰੱਖ ਦਿੱਤੀ ਹੋਗੀ ਕਿ ਸੀਐਮ ਸਾਹਿਬ ਦੇਖਣਗੇ ਇਹਨਾਂ ਤੇ ਕਰਨਾ ਕਿ ਨਹੀਂ ਕਰਨਾ ਜੇ ਪੰਜਾਬ ਸਰਕਾਰ ਨਹੀਂ ਕਰਦੀ ਜਿਸ ਹਿਸਾਬ ਦੇ ਨਾਲ ਪੰਜਾਬ ਸਰਕਾਰ ਦਾ ਰਵਈਆ ਲੱਗ ਰਿਹਾ ਕਿ ਅਫਸਰਾਂ ਤੋਂ ਡਰਦੇ ਕਿ ਅਹੀਂ ਕਿਉਂ ਆਪਣੇ ਵੀ ਸਿਰ ਪਣਾਵਾਗੇ ਠੀਕ ਹੈ ਅੱਗੇ ਤੇ ਨੀਲਮਾ ਦੇ ਚੱਕਰ ਤੇ 70 ਆਈਐਸ ਇਕੱਠੇ ਹੋ ਗਏ ਹੁਣ ਤੇ ਵੱਡੇ ਡੀਜੀਪੀ ਰੈਂਕ ਦੇ ਤੇ ਮੁਖਸ ਕੱਤਰ ਰੈਂਕ ਦੇ ਅਧਿਕਾਰੀ ਆ ਫਿਰ ਤੇ ਸਾਰੇ ਆਈਐਸ ਤੇ ਆਈਪੀਐਸ ਇਕੱਠੇ ਹੋ ਕੇ ਮੇਰੇ ਘਰ ਘੇਰ ਲੈਣਗੇ ਤੇ ਮੈਂ ਕੋ ਪੰਗਾ ਲੈਣਾ ਆਪੇ ਗਵਰਨਮੈਂਟ ਆਫ ਇੰਡੀਆ ਦੇਕੂਗੀ ਤੇ ਗਵਰਨਮੈਂਟ ਆਫ ਇੰਡੀਆ ਲੈ ਲੂਗੀ ਰਿਪੋਰਟ ਜਾ ਜਿਹੜਾ ਬੰਦਾ ਹੈ ਜਿਨੇ ਸਭ ਤੋਂ ਪਹਿਲਾਂ ਪਟੀਸ਼ਨ ਪਾਈ ਸੀ ਉਹ ਫਿਰ ਸੁਪਰੀਮ ਕੋਰਟ ਜਾਊਗਾ ਸੁਪਰੀਮ ਕੋਰਟ ਦੇ ਨਾਲ ਦੇ ਨਾਲ ਹੋ ਸਕਦਾ ਫਿਰ ਜੇ ਦੁਬਾਰਾ ਸੁਪਰੀਮ ਕੋਰਟ ਚ ਕੇਸ ਚੱਲ ਗਿਆ ਉਹਨਾਂ ਨੇ ਭਾਰਤ ਸਰਕਾਰ ਦੇ ਹੋਮ ਸੈਕਟਰੀ ਨੂੰ ਵੀ ਤਲਬ ਕਰ ਲੈਣਾ ਹੈਗਾ ਪੰਜਾਬ ਦੇ ਮੁਖਸਤਤਰ ਨੂੰ ਵੀ ਤਲਬ ਕਰ ਸਕਦੇ ਨੇ ਵੀ ਕਮਾਲ ਆ ਯਾਰ ਸੰਵਿਧਾਨਿਕ ਬੈਂਚ ਨੇ ਇੱਕ ਕਮਿਸ਼ਨ ਬਣਾਇਆ ਕਮਿਸ਼ਨ ਨੇ ਅਫਸਰ ਦੋਸ਼ੀ ਟਰਾ ਦਿੱਤੇ ਆਗੇ ਨੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦਾ ਮਸਲਾ ਠੀਕ ਹੈ ਤੇ ਤੁਸੀਂ ਇਸ ਦੇ باوجود ਵੀ ਕਾਰਵਾਈ ਕਰਦੇ ਜੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਸਕਿਉਰਿਟੀ ਬਰੀਚ ਹੋਈ ਹੈ ਤੁਸੀਂ ਉਹ ਵੀ ਨਹੀਂ ਜੁਰਮ ਮੰਨ ਰਹੇ ਹੈਗੇ ਤੇ ਫਿਰ ਆਮ ਲੋਕਾਂ ਦਾ ਕੀ ਹਾਲ ਹੋਊਗਾ ਇਹ ਬੜਾ ਮੈਸੇਜ ਗਲਤ ਜਾਊਗਾ ਲੇਕਿਨ ਮੈਨੂੰ ਲੱਗਦਾ ਪਾਰ ਸਰਕਾਰ ਸੋਮਟੂ ਲੈ ਕੇ ਅਫਸਰਾਂ ਦੇ ਖਿਲਾਫ ਕਾਰਵਾਈ ਕਰੂ ਹੁਣ ਸਵਾਲ ਪੰਜਾਬ ਸਰਕਾਰ ਚਾਰ ਸ਼ੀਟ ਕੀ ਕਰੂਗੀ ਪ੍ਰਾਈਮ ਮਿਨਿਸਟਰ ਇੱਕ ਜਦ ਸਵਿਧਾਨਿਕ ਬੈਂਚ ਦੇ ਗਾ ਇੱਕ ਬੈਂਚ ਬਣ ਗਿਆ ਕਮਿਸ਼ਨ ਬਣ ਗਿਆ ਉਹਨਾਂ ਨੇ ਦੋ ਸ਼ੀਟ ਰਾ ਦਿੱਤਾਗੇ ਨੇ ਚਾਰ ਸ਼ੀਟਾਂ ਕੋ ਜਵਾਬ ਤਲਬੀ ਕਰਨ ਦੀ ਲੋੜ ਦੀਆਂ ਕਿਉਂਕਿ ਜਦੋਂ ਪੰਜ ਮੈਂਬਰੀ ਬੈਂਚ ਬਣਿਆ ਜਾਂਚ ਕਮੇਟੀ ਬਣੀ ਆ ਸਾਰੇ ਅਫਸਰਾਂ ਨੇ 10-10 ਘੰਟੇ ਉਹਨਾਂ ਦੀ ਇਨਟੈਰੋਗੇਸ਼ਨ ਹੋਈ ਆ ਮਤਲਬ ਜਵਾਬ ਤਲਬੀ ਹੋਈ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਪ੍ਰਾਈਮ ਮਿਨਿਸਟਰ ਆਂਦਾ ਕਿਸੇ ਵੀ ਸਟੇਟ ਦੇ ਵਿੱਚ ਮੌਕੇ ਦਾ ਡੀਜੀਪੀ ਔਰ ਚੀਫ ਸਕੱਰੇਟਰੀ ਨਾਲ ਹੁੰਦੇ ਨੇ ਇੱਥੇ ਨਾਲ ਨਹੀਂ ਸੀ ਇੱਕ ਸਿਵਲ ਦਾ ਵੱਡਾ ਅਧਿਕਾਰੀ ਉਹ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅ ਕਿਉਂ ਨਹੀਂ ਸਿਵਲ ਦਾ ਵੱਡਾ ਅਧਿਕਾਰੀ ਚੀਫ ਸੈਕਟਰੀ ਗਏ ਨਹੀਂ ਚੀਫ ਸੈਕਟਰੀ ਨੇ ਹੁਸਨ ਲਾਲ ਜਿਹੜੇ ਉਸ ਸਮੇਂ ਚੰਨੀ ਦੇ ਪ੍ਰਿੰਸੀਪਲ ਸੈਕਟਰੀ ਸੀ ਉਹਨੂੰ ਲਾਤਾ ਉਹਨੂੰ ਅਚਾਨਕ ਉਹ ਹੋ ਜਾਂਦਾ ਕਰੋਨਾ ਹੋ ਜਾਂਦਾ ਉਸ ਤੋਂ ਬਾਅਦ ਕਮੇਟੀ ਨੇ ਇਹ ਕਿਹਾ ਕਿ ਜਿਹੜੇ ਡਿਵੀਜ਼ਨਲ ਕਮਿਸ਼ਨਰ ਸੀ ਮਿਸਟਰ ਆਰਕੇ ਕੋਸ਼ਕ ਉਹ ਉੱਥੇ ਅਸੀਂ ਮੌਕੇ ਤੇ 에ਰਪੋਰਟ ਤੇ ਬੈਠੇ ਤੁਸੀਂ ਉਹਨੂੰ ਡਿਪੂਟ ਕਰ ਦਿੰਦੇ ਹਗੇ ਉਹ ਵੀ ਨਹੀਂ ਕੀਤਾ ਗਿਆ ਚੀਫ ਸੈਕਟਰੀ ਨੇ ਵੀ ਵੀ ਨਗੇਲੀ ਆ ਸਦਾਰ ਚਟੋਪਾ ਦੇ ਡੀਜੀਪੀ ਉਹਨੇ ਕਿਹਾ ਤਾਂ ਕਿ ਰੂਟ ਕਲੀਅਰ ਆ ਰੂਟ ਕਲੀਅਰ ਨਹੀਂ ਸੀ ਔਰ ਦੂਜਾ ਉਹਨਾਂ ਨੇ ਇਹ ਵੀ ਕਮੇਟੀ ਦੇ ਵਿੱਚ ਕਿਹਾ ਕਿ ਦੋ ਆਫੀਸਰ ਨੇ ਬੜੇ 100% ਕੈਲੀਬਰ ਸੀ ਉਹਨਾਂ ਦੇ ਵਿੱਚ ਇੱਕ ਜਿਹੜੇ ਇਸ ਟਾਈਮ ਐਸਐਸਪੀ ਪਟਿਆਲਾ ਲੱਗੇ ਨੇ ਵਰਨ ਸ਼ਰਮਾ ਉਹ ਉਹਨਾਂ ਨੇ ਪੂਰਾ ਬਲੂ ਬੁੱਕ ਜਿਹੜੀ ਪ੍ਰੋਟੋਕਾਲ ਪ੍ਰਾਈਮ ਮਿਨਿਸਟਰ ਦੇ ਨਾਲ ਹੁੰਦੀ ਉਹਦਾ ਪਾਲਣ ਕੀਤੀ ਇੱਕ ਜਸਪ੍ਰੀਤ ਸਿੰਘ ਸੀ ਏਆਈਜੀ ਫਰੀਦਕੋਟ ਇੰਟੈਲੀਜੈਂਸ ਦੇ ਤੇ ਵਰਨ ਸ਼ਰਮਾ ਉਹ ਤੋਂ ਐਸਐਸਪੀ ਫਰੀਦਕੋਟ ਸੀ ਇਹਨਾਂ ਨੇ ਦੋਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਬਾਕੀ ਜਿਹੜੇ 8 ਨੇ ਉਹ ਇੱਕ ਦੂਜੇ ਦੇ ਉੱਪਰ ਸੌੜਦੇ ਲਈ ਲਾਪਰਵਾਹੀ ਅੰਗੇਲੀ ਕਲੀਅਰ ਨਹੀਂ ਕੀਤਾ ਗਿਆ ਜਿਹਦੇ ਵਿੱਚ ਲਾਓ ਨਗੇਸ਼ਵਰ ਰਾਓ ਆ ਆਰਕੇ ਆਰਕੇਸ਼ ਸ਼ਾਗਰਵਾਲ ਚੀਫ ਸੈਕਟਰੀ ਖੁਦ ਹੋ ਗਏ ਡੀਜੀਪੀ ਖੁਦ ਹੋ ਗਏ ਤੇ ਹਰਮਨਦੀਪ ਹੰਸ ਚਰਨਜੀਤ ਜਿਹੜੇ ਕੁੱਲ ਮਿਲਾ ਕੇ 8-9 ਅਫਸਰ ਸੀ ਉਹਨਾਂ ਦੀ ਅੰਗੇਲੀ ਸਾਹਮਣੇ ਆ ਗਈ ਹੈਗੀ ਇਸ ਕਰਕੇ ਉਹ ਲੱਗਦਾ ਕਿ पीएम ऑफिस ते परेशान बीजेपी ਵੀ परेशान ਕਿਉਂਕਿ ਉਸ ਦਿਨ ਪ੍ਰਾਈਮ ਮਿਨਿਸਟਰ ਸਾਹਿਬ ਨੇ ਬਹੁਤ ਗੁੱਸੇ ਨਾਲ ਤਿੱਖੇ ਸ਼ਬਦ ਬੋਲੇ ਸੀ ਕਿ ਜਾ ਕੇ ਆਪਣੇ ਚੀਫ ਮਿਨਿਸਟਰ ਨੂੰ ਕਹਿ ਦੇਣਾ ਹੈਗਾ ਕਿ ਮੈਂ ਬਠਿੰਡਾ 에ਰਪੋਰਟ ਤੇ ਜਿੰਦਾ ਲੋਟ ਆਇਆ ਹਾਂ ਮੋਦੀ ਸਾਹਿਬ ਨੂੰ ਪੂਰਾ ਹਿੰਦੁਸਤਾਨ ਰੱਬ ਵਾਂਗੂ ਪੂਜਦਾ ਉਹ ਦਿਨ ਰੱਬ ਨਾ ਖੁਦਾ ਨਾ ਖਾਸਾ ਉਹਨਾਂ ਦੀ ਸਟੇਟਮੈਂਟ ਨੂੰ ਲੈ ਕੇ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਨੂੰ ਲੈ ਕੇ ਦੰਗੇ ਭੜਕ ਸਕਦੇ ਸੀ ਲੋਕ ਭੜਕ ਸਕਦੇ ਸੀ ਤੇ ਜਿੰਨੂੰ ਰੱਬ ਵਾਂਗੂ ਲੋਕੀ ਪੂਜਦੇ ਨੇ ਉੱਥੇ ਪਤਾ ਨਹੀਂ ਦੂਜੇ ਸਟੇਟਾਂ ਦੇ ਵਿੱਚ ਸਿੱਖ ਭਾਈਚਾਰੇ ਦਾ ਕੀ ਵਾਪਰ ਜਾਂਦਾ ਹੈਗਾ ਇਹ ਬਹੁਤ ਵੱਡੀ ਨਗਹਿਲੀ ਸੀ ਸਟੇਟ ਗਵਰਨਮੈਂਟ ਦੀ ਹੈਗੀ ਇਸ ਕਰਕੇ ਇਹਨੂੰ ਹਲਕੇ ਦੇ ਨਾਲ ਲਿਆ ਗਿਆ ਹੈਗਾ ਪਰ ਹੁਣ ਫੇਰ ਹਲਕੇ ਨਾਲ ਲਿਆ ਜਾ ਰਿਹਾ ਉਸ ਸਮੇਂ ਅਗਰ ਕਾਂਗਰਸ ਸਰਕਾਰ ਸੀ ਹਲਕੇ 'ਚ ਲਿਆ ਸੀ ਹੁਣ ਮੌਜੂਦਾ ਫੇਰ ਪੰਜਾਬ ਸਰਕਾਰ ਹਲਕੇ 'ਚ ਲੈ ਰਹੀ ਹੈ ਔਰ ਦੇਸ਼ ਦੇ ਪ੍ਰਾਈਮ ਮਿਨਿਸਟਰ ਦਾ ਤੇ ਮਸਲਾ ਨੂੰ ਤੁਸੀਂ ਆਪ ਤੇ ਹੁਣ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਇਹੀ ਕਹਿ ਰਹੇ ਸੀ ਨਾ ਪਿਛਲੀਆਂ ਸਰਕਾਰਾਂ ਨੂੰ ਕਿ ਜੇ ਡਰ ਲੱਗਦਾ ਹੈਗਾ ਜੀ ਸਿਕਿਉਰਿਟੀ ਕੋ ਲੈਂਦੇ ਤੁਸੀਂ ਤੁਹਾਡੇ 100-100 ਚ মুরগیاں پال ਲਿਆ ਕਰੋ ਹੁਣ ਆਪ ਵੀ ਤੇ ਸਿਕਿਉਰਿਟੀ ਰੱਖਦੇ ਨੇ ਜੇ ਤੁਹਾਡੀ ਸਿਕਿਉਰਿਟੀ ਦੇ ਨਾਲ ਲੈਪਸ ਹੋ ਜਾਂਦਾ ਬ੍ਰੀਚ ਹੋ ਜਾਂਦੀ ਫਿਰ ਨਹੀਂ ਤੁਸੀਂ ਕਿਹਨੂੰ ਸਜ਼ਾ ਦੋਗੇ ਤੇ ਇਸ ਕਰਕੇ ਜੋ ਤੁਹਾਡੇ ਨਾ ਬੀਤਦੀ ਉਹ ਪ੍ਰਾਈਮ ਮਿਨਿਸਟਰ ਨਾਲ ਹਰ ਇੱਕ ਨੂੰ ਆਪਣੀ ਜ਼ਿੰਦਗੀ ਪਿਆਰੀ ਹੁੰਦੀ ਆ ਔਰ ਜਦੋਂ ਪ੍ਰੋਟੋਕਾਲ ਦਾ ਸਿਸਟਮ ਬਣਿਆ ਸਾਡੇ ਕੋਲ ਬਲੂ ਬੁੱਕ ਹੈ ਚੀਫ ਮਿਨਿਸਟਰ ਦੇ ਵੀ ਤਿੰਨ ਤਿੰਨ ਰੂਟ ਲੱਗਦੇ ਨੇ ਜਾਣਾ ਅੰਮ੍ਰਿਤਸਰ ਪਹੁੰਚਣਾ ਹੁੰਦਾ ਆਧਾਰਨ ਦੇ ਤੌਰ ਤੇ ਮੰਨ ਲਓ 5 ਵਜੇ ਅੰਮ੍ਰਿਤਸਰ ਪਹੁੰਚਣਾ ਇਤੋਂ ਮਹਾਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਪਹਿਲਾਂ ਹੀ ਪੁਲਿਸ ਲੱਗ ਜਾਂਦੀ ਦੋ ਦਿਨ ਪਹਿਲਾਂ ਹੀ ਠੀਕ ਹੈ ਇਹ ਤਾਂ ਨਹੀਂ ਹੋ ਸਕਦਾ ਕਿ ਸਾਡੇ ਵਾਲੀ ਰੂਲ ਆ ਪ੍ਰੋਟੋਕਾਲ ਆ ਬਲੂ ਬੁੱਕ ਆ ਤੁਹਾਡੇ ਵਾਲੀ ਕੁਝ ਨਹੀਂ ਹੈ ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਐਸ ਪਰ ਰੂਲ ਕਾਨੂੰਨ ਦੇ ਤੌਰ ਤੇ ਜੋ ਕਾਰਵਾਈ ਬੰਦੀ ਹੈ ਜਿਹੜੇ ਲੋਕ ਦੋਸ਼ੀ ਠਰਾਏ ਗਏ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਹ ਅਗਰ ਛੋਟੇ ਅਫਸਰ ਹੁੰਦੇ ਕੋਈ ਆਈਪੀਐਸ ਨੇ ਮਾਮੂਲੀ ਇੱਕ ਡੀਐਸਪੀ ਇੰਸਪੈਕਟਰ ਰੈਂਕ ਹੁੰਦੇ ਤੇ ਹੁਣ 6 ਮਹੀਨੇ ਦੀ ਲੋਡ ਨਹੀਂ ਪੈਣੀ ਉਸ ਦਿਨ ਹੀ ਸਾਰੇ ਡਿਸਮਿਸ ਹੋ ਜਾਣੇ ਸਸਪੈਂਡ ਹੋ ਜਾਣੇ ਪਰਚਾ ਵੀ ਨਹੀਂ ਦਰਜ ਕੀਤਾ ਹੈਗਾ ਕੁੱਲ ਮਿਲਾ ਕੇ ਹੁਣ ਦੇਖੋ ਪਹਾੜ ਸਰਕਾਰ ਖਿਜੀ ਹੋਈ ਆ ਨਾਰਾਜ਼ ਵੀ ਆ ਖਫਾ ਵੀ ਆ ਨਿਰਾਸ਼ ਵੀ ਆ ਕਿ ਆਖਰ ਯਾਰ ਤੁਸੀਂ ਪ੍ਰਾਈਮ ਮਿਨਿਸਟਰ ਦੀ ਸਕਿਉਰਿਟੀ ਬਰੀਚ ਜਿਹੜੀ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਨੇ ਦੋਸ਼ੀ ਠਰਾਏ ਤੁਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਦੇ ਅਗੇ ਤੇ ਫਿਰ ਤੇ ਪੰਜਾਬ ਦਾ ਰੱਬ ਹੀ ਆ ਵਾਲੀ ਵਾਰਸ ਨੇ ਜੀ ਬਹੁਤ ਸ਼ੁਕਰੀਆ ਧੰਨਵਾਦ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਸ ਮਸਲੇ ਤੇ ਅਸੀਂ ਗੱਲਬਾਤ ਕੀਤੀ ਹੈ ਕਿ ਹੁਣ ਤੱਕ ਸੁਪਰੀਮ ਕੋਰਟ ਤੋਂ ਲੈ ਕੇ ਥੱਲੇ ਤੱਕ ਜੋ ਜੋ ਹਦਾਇਤਾਂ ਦਿੱਤੀਆਂ ਗਿਆ ਉਸ ਦੇ ਉੱਤੇ ਅਮਲ ਕਿਉਂ ਨਹੀਂ ਹੋਇਆ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਐਕਸ਼ਨ ਕੀ ਲੈਂਦੀ ਹੈ ਪੰਜਾਬ ਸਰਕਾਰ ਇਹ ਸਰਕਾਰ ਤੇ ਨਿਰਪਰ ਕਰਦਾ ਤੁਸੀਂ ਇਹ ਸਾਰੇ ਮਸਲੇ ਬਾਰੇ ਕੀ ਸੋਚਦੇ ਹੋ ਆਪਣੀ رائے ਵੀ ਸਾਂਝੀ ਕਰ ਸਕਦੇ ਹੋ ਫਿਲਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦਿਵਾ ਗਿਆ ਧੰਨਵਾਦ